ਸਸ਼ੀਕਾਲ ਪਿਆਰੇ ਬੱਚਿਓ ਅੱਜ ਆਪਾਂ ਪਹਿਲੀ ਜਮਾਤ ਦੀ ਪੰਜਾਬੀ ਦੀ ਵਰਕਸ਼ੀਟ ਨੰਬਰ 4 ਕਰਨ ਲੱਗੇ ਆਂ ਪਹਿਲਾ ਪ੍ਰਸ਼ਨ ਹੈ ਸਿਹਾਰੀ ਮਾਤਰਾ ਵਾਲੇ ਸ਼ਬਦਾਂ ਤੇ ਗੋਲਾ ਲਗਾਓ ਇਹਦੇ ਵਿੱਚ ਬੇਟਾ ਤੁਹਾਨੂੰ ਵੱਖ-ਵੱਖ ਸ਼ਬਦ ਦਿੱਤੇ ਨੇ ਇਨ੍ਹਾਂ ਸ਼ਬਦਾਂ ਦੇ ਵਿੱਚ ਜਿੰਨਾ ਵਿੱਚ ਸਿਹਾਰੀ ਮਾਤਰਾ ਲੱਗੀ ਹੈ ਉਹਨਾਂ ਤੇ ਗੋਲਾ ਲਗਾਉਣਾ ਦੇਖੋ ਦੱਦੇ ਸਿਹਾਰੀ ਨੰਨਾ ਦਿਨ ਗੱਗੇ ਸਿਹਾਰੀ ਟੈਂਕਾ ਕੱਕਾ ਗਿੱਟਕ ਸ ਸੇ ਸਿਹਾਰੀ ਹਾ ਹਾ ਤ ਤਾ ਸੇ ਹਿਤ ਸ ਸੇ ਸਿਹਾਰੀ ਰ ਰਾ ਸਿਰ ਰਾਰੇ ਸਿਹਾਰੀ ਕ ਕਾ ਸ ਸੇ ਪੈਰ ਬਿੰਦੀ ਕੰਨਾਂ ਰਿਕਸ਼ਾ ਨ ਨਾ ਹੇ ਸਿਹਾਰੀ ਰ ਰਾ ਨਹਿਰ ਕ ਕੇ ਸਿਹਾਰੀ ਤ ਤੇ ਕੰਨਾਂ ਬ ਬਾ ਕਿਤਾਬ ਮ ਮੇ ਸਿਹਾਰੀ ਰ ਰਾ ਚਾ ਚਾ ਮਿਰਚ ਦ ਦੇ ਸਿਹਾਰੀ ਲ ਲਾ ਦਿਲ ਬੇਟਾ ਇਨਾਂ ਸ਼ਬਦਾਂ ਦੇ ਵਿੱਚ ਸਿਹਾਰੀ ਲੱਗੀ ਸੀ ਬਾਕੀ ਸ਼ਬਦਾਂ ਦੇ ਵਿੱਚ ਕੰਨਾ ਲੱਗਿਆ ਸੀ ਹੁਣ ਸਿਹਾਰੀ ਵਾਲੇ ਸ਼ਬਦਾਂ ਤੇ ਆਪਾਂ ਗੋਲ ਚੱਕਰ ਲਗਾਉਣਾ ਦੂਸਰਾ ਪ੍ਰਸ਼ਨ ਹੈ ਬੇਟਾ ਬਿਹਾਰੀ ਮਾਤਰਾ ਵਾਲੇ ਸ਼ਬਦਾਂ ਤੇ ਗੋਲਾ ਲਗਾਓ ਜਿੰਨਾ ਸ਼ਬਦਾਂ ਦੇ ਵਿੱਚ ਬੇਟਾ ਬਿਹਾਰੀ ਲੱਗੀ ਹੈ ਉਹਨਾਂ ਤੇ ਆਪਾਂ ਗੋਲਾ ਲਗਾਵਾਂਗੇ ਦੇਖੋ ਟੈਂਕੇ ਸਿਹਾਰੀ ਫਫਨ ਨਾ ਟਿਫਨ ਇਹਦੇ ਵਿੱਚ ਬੇਟਾ ਸਿਹਾਰੀ ਲੱਗੀ ਹੈ ਇਹਦੇ ਤੇ ਆਪਾਂ ਗੋਲਾ ਨਹੀਂ ਲਗਾਣਾ ਜਿੰਨਾ ਸ਼ਬਦਾਂ ਦੇ ਵਿੱਚ ਬਿਹਾਰੀ ਲੱਗੀ ਹੈ ਜੱਜੇ ਬਿਹਾਰੀ ਪਪਾ ਜੀਪ ਸਸੇ ਵਿਹਾਰੀ ਟੈਂਕੇ ਵਿਹਾਰੀ ਸੀਟੀ ਅੱਗੇ ਬੇਟਾ ਦੱਦੇ ਵਿਹਾਰੀ ਵਾਵੇ ਕੰਨਾ ਦੀਵਾ ਤੱਤੇ ਵਿਹਾਰੀ ਤੀਰ ਰਾਰਾ ਤੀਰ ਰਾਰੇ ਵਿਹਾਰੀ ਰੀ ਲੱਲਾ ਰੀਲ ਅੱਗੇ ਹੈ ਬੇਟਾ ਕਗਾ ਡਾੜੇ ਵਿਹਾਰੀ ਢੀ ਘੜੀ ਨੰਨੇ ਵਿਹਾਰੀ ਨੀ ਰਾਰਾ ਨੀਰ ਗੱਗੇ ਵਿਹਾਰੀ ਕੀ ਤੱਤਾ ਗੀਤ ਮੰਮਾ ਸਸੇ ਵਿਰਸ਼ੀ ਨੰਨਾ ਮਸ਼ੀਨ ਕੱਕੇ ਬਿਹਾਰੀ ਕੀ ਡਾੜੇ ਬਿਹਾਰੀ ੜੀ ਕੀੜੀ ਇਸੇ ਤਰ੍ਹਾਂ ਬੇਟਾ ਆਪਾਂ ਬਿਹਾਰੀ ਵਾਲੇ ਸ਼ਬਦਾਂ ਤੇ ਗੋਲ ਚੱਕਰ ਲਗਾਉਣਾ ਤੀਸਰਾ ਪ੍ਰਸ਼ਨ ਹੈ ਬੇਟਾ ਇਹ ਠਾਂ ਦਿੱਤੀਆਂ ਤਸਵੀਰਾਂ ਵਿੱਚ ਰੰਗ ਭਰੋ ਅਤੇ ਸ਼ਬਦਾਂ ਨੂੰ ਸੁੰਦਰ ਕਰਕੇ ਲਿਖੋ ਇਹਦੇ ਵਿੱਚ ਬੇਟਾ ਤਸਵੀਰਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਆਪਾਂ ਰੰਗ ਭਰਨੇ ਨੇ ਤੇ ਜੋ ਥੱਲੇ ਸ਼ਬਦ ਲਿਖੇ ਨੇ ਕੁੜਤਾ ਗੁਬਾਰਾ ਭਾਲੂ ਉਹਨੂੰ ਸੁੰਦਰ ਕਰਕੇ ਲਿਖਣਾ ਹੈ ਉਸ ਤੋਂ ਬਾਅਦ ਬੇਟਾ ਸੁੰਦਰ ਲਿਖਾਈ ਵਿੱਚ ਲਿਖੋ ਜੋ ਤੁਹਾਨੂੰ ਬੇਟਾ ਵਾਕ ਦਿੱਤੇ ਹੋਏ ਨੇ ਉਹਨਾਂ ਵਾਕਾਂ ਨੂੰ ਆਪਾਂ ਸਾਫ਼-ਸਾਫ਼ ਸੁੰਦਰ ਲਿਖਾਈ ਦੇ ਵਿੱਚ ਪ੍ਰੋਪਰ ਲਾਈਨਾਂ ਦੇ ਵਿੱਚ ਲਿਖਣਾ ਹੈ ਪਹਿਲਾ ਵਾਕ ਹੈ ਵੀਰ ਖੀਰ ਖਾ ਦੂਸਰਾ ਵਾਕ ਹੈ ਜੀਤੀ ਹਲਦੀ ਲਿਆ ਤੀਸਰਾ ਵਾਕ ਹੈ ਦੀਪੀ ਵਰਦੀ ਪਾ ਅਗਲਾ ਪ੍ਰਸ਼ਨ ਹੈ ਬੇਟਾ ਔਂਕੜ ਮਾਤਰਾ ਵਾਲੇ ਸ਼ਬਦਾਂ ਤੇ ਗੋਲਾ ਲਗਾਓ ਬੇਟਾ ਜਿੰਨਾ ਸ਼ਬਦਾਂ ਦੇ ਵਿੱਚ ਔਂਕੜ ਲੱਗਿਆ ਉਹਨਾਂ ਦੇ ਉੱਪਰ ਗੋਲ ਚੱਕਰ ਲਗਾਉਣਾ ਪਹਿਲਾ ਹੈ ਰਾਰੇ ਕੰਨਾ ਤੱਤਾ ਰਾਤ ਇਹਦੇ ਵਿੱਚ ਔਂਕੜ ਨਹੀਂ ਲੱਗਿਆ ਪੱਪੇ ਔਂਕੜ ਪੂਲ ਲਾਪੂਲ ਇਹਦੇ ਤੇ ਆਪਾਂ ਗੋਲ ਚੱਕਰ ਲਗਾਵਾਂਗੇ ਚੱਚੇ ਬਿਹਾਰੀ ਚੀਰ ਆਰਾ ਚੀਰ ਇਹਦੇ ਵਿੱਚ ਔਂਕੜ ਨਹੀਂ ਲੱਗਿਆ ਅੱਗੇ ਹੈ ਬੱਬੇ ਔਂਕੜ ਬੂ ਨਾਣਾ ਬੁਣ ਇਹਦੇ ਤੇ ਆਪਾਂ ਗੋਲ ਚੱਕਰ ਲਗਾਣਾ ਬੇਟਾ ਇਹਦੇ ਵਿੱਚ ਪੁੱਲ ਤੇ ਗੁਣ ਦੋਨਾਂ ਤੇ ਆਪਾਂ ਗੋਲਾ ਲਗਾਣਾ ਛੇਵਾਂ ਪ੍ਰਸ਼ਨ ਹੈ ਵੱਖਰੀ ਮਾਤਰਾ ਵਾਲਾ ਸ਼ਬਦ ਚੁਣੋ ਇਹਦੇ ਵਿੱਚ ਬੇਟਾ ਇੱਕ ਵੱਖਰਾ ਅਲੱਗ ਸ਼ਬਦ ਹੈ ਉਹਦੇ ਤੇ ਆਪਾਂ ਪਛਾਣ ਕੇ ਗੋਲ ਚੱਕਰ ਲਗਾਣਾ ਪਹਿਲਾ ਹੈ ਵਾਵੇ ਬਿਹਾਰੀ ਵੀ ਰਾਰਾ ਵੀਰ ਖਖੇ ਬਿਹਾਰੀ ਖੀ ਰਾਰਾ ਖੀਰ ਸਸੇ ਸਿਹਾਰੀ ਸੀ ਰਾਰਾ ਸਿਰ ਲੱਲੇ ਬਿਹਾਰੀ ਲੀ ਰਾਰਾ ਲੀਰ ਇਹਦੇ ਵਿੱਚ ਬੇਟਾ ਜਿਹੜਾ ਸਿਰ ਸ਼ਬਦ ਹੈ ਸਸਿ ਸਿਹਾਰੀ ਸਿਰ ਆਰਾ ਸਿਰ ਇਹ ਅਲੱਗ ਹੈ ਕਿਉਂਕਿ ਇਹਦੇ ਉੱਤੇ ਸਿਹਾਰੀ ਮਾਤਰਾ ਲੱਗੀ ਹੈ ਬਾਕੀ ਸ਼ਬਦਾਂ ਦੇ ਵਿੱਚ ਬਿਹਾਰੀ ਮਾਤਰਾ ਲੱਗੀ ਹੈ 7ਵਾਂ ਪ੍ਰਸ਼ਨ ਹੈ ਬੇਟਾ ਬਿਹਾਰੀ ਮਾਤਰਾ ਨਾਲ ਸ਼ਬਦ ਪੂਰੇ ਕਰੋ ਬੇਟਾ ਦੋ ਸ਼ਬਦ ਦਿੱਤੇ ਨੇ ਉਹਨਾਂ ਦੇ ਵਿੱਚਕਾਰ ਦੋ ਅੱਖਰ ਦਿੱਤੇ ਨੇ ਉਹਨਾਂ ਦੇ ਵਿੱਚਕਾਰ ਖਾਲੀ ਥਾਂ ਦਿੱਤੀ ਹੈ ਉੱਤੇ ਆਪਾਂ ਬਿਹਾਰੀ ਲਾ ਕੇ ਸ਼ਬਦ ਬਣਾਣਾ ਗੱਗਾ ਤੱਤਾ ਗੱਗੇ ਬਿਹਾਰੀ ਗੀ ਤਤਾ ਗੀਤ ਪੱਬੇ ਬਿਹਾਰੀ ਢਾੜਾ ਪੀੜ ਦੱਦੇ ਬਿਹਾਰੀ ਦੀ ਪੱਪਾ ਗੱਗਾ ਦੀਪਕ ਇਸ ਤਰ੍ਹਾਂ ਆਪਾਂ ਸ਼ਬਦ ਬਣਾਣੇ ਨੇ ਉਸ ਤੋਂ ਬਾਅਦ ਬੇਟਾ 8ਵਾਂ ਪ੍ਰਸ਼ਨ ਹੈ ਮਾਤਰਾਵਾਂ ਵਿੱਚ ਰੰਗ ਭਰੋ ਬੇਟਾ ਤੁਹਾਨੂੰ ਤਿੰਨ ਮਾਤਰਾਵਾਂ ਦਿੱਤੀਆਂ ਨੇ ਸਿਹਾਰੀ ਬਿਹਾਰੀ ਤੇ ਕੰਨਾ ਇਹਨਾਂ ਦੇ ਵਿੱਚ ਆਪਣੀ ਮਨਪਸੰਦ ਦਾ ਰੰਗ ਭਰ ਕੇ ਮਾਤਰਾ ਪੂਰੀ ਕਰਨੀ ਹੈ ਇਸ ਤਰ੍ਹਾਂ ਬੇਟਾ ਆਪਣੀ ਚੌਥੀ ਵਰਕਸ਼ੀਟ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਇਸ ਨੂੰ ਤੁਸੀਂ ਦੁਹਰਾਈ ਕਰਨੀ ਹੈ ਆਪਣੀ ਨੋਟਬੁੱਕ ਉੱਪਰ ਸਾਫ਼-ਸਾਫ਼ ਨੋਟ ਕਰਨੀ ਹੈ ਕੱਲ ਆਪਾਂ ਅਗਲੀ ਪੰਜਵੀਂ ਵਰਕਸ਼ੀਟ ਕਰਾਂਗੇ ਧੰਨਵਾਦ